ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਅਗਜ਼ਾਮ ਸਟੱਡੀ ਵਿਦ ਜੋਬ ਅਲਰਟ ਤੇ ਤਾਜੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਪਿੱਛੇ ਜੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਭਰਤੀਆਂ ਆਈਆਂ ਸੀ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਪੋਸਟ ਆਈਆਂ ਸੀ ਤਾਂ ਉਹਨਾਂ ਦੇ ਪੇਪਰਾਂ ਦੀ ਤਰੀਖ ਜਾਰੀ ਹੋ ਚੁੱਕੀ ਹੈ ਨੋਟੀਫਿਕੇਸ਼ਨ ਆ ਚੁੱਕਿਆ ਹੈ ਤਾਂ ਜਿਨ੍ਹਾਂ ਨੇ ਵੀ ਐਸਓ ਯੂਨੀਵਰਸਿਟੀ ਦੇ ਵਿੱਚ ਆਈਆਂ ਵੱਖ-ਵੱਖ ਅਸਾਮੀਆਂ ਭਰੀਆਂ ਸੀ ਤਾਂ ਉਹਨਾਂ ਲਈ ਇਹ ਵੀਡੀਓ ਹੈ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਸ਼ੇਅਰ ਕਰਦੇ ਹਾਂ ਜੀ ਪੂਰੀ ਜਾਣਕਾਰੀ ਤਾਂ ਇਹ ਜੀ ਪੂਰਾ ਨੋਟੀਫਿਕੇਸ਼ਨ ਬਾਬਾ ਫਰੀਦ ਯੂਨੀਵਰਸ 27 12 2023 ਦਾ ਜਿਹੜਾ ਇਹ ਨੋਟੀਫਿਕੇਸ਼ਨ ਹੈ ਅਤੇ ਪੰਜ ਇਹਨਾਂ ਨੇ نیچے ਕਾਲਮ ਦਿੱਤੇ ਹੈ ਨਾਲ ਐਡਵਰਟਾਈਜ਼ ਨੰਬਰ ਦਿੱਤਾ ਹੈ ਜਿਵੇਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਐਡਵਰਟਾਈਜ਼ ਨੰਬਰ ਬਾਬਾ ਫਰੀਦ ਯੂਨੀਵਰਸਿਟੀ 23 17 ਆਪਰੇਸ਼ਨ ਥੀਟਰ ਅਸਿਸਟੈਂਟ ਬੀ ਐਫ ਜੀ 23 2018 ਨਾਲ ਐਡਵਰਟਾਈਜ਼ ਨੰਬਰ ਹੈ ਤਾਂ ਜਿਹੜੀ ਵੀ ਡਿਪਾਰਟਮੈਂਟ ਵਿੱਚ ਤੁਸੀਂ ਪੋਸਟਾਂ ਇਹ ਫਿਲ ਕੀਤੀਆਂ ਸੀਗੀਆਂ ਤਾਂ ਉਹਨਾਂ ਦਾ ਪੇਪਰ ਹੈ ਜਿਹੜਾ 7 1 2024 ਦਿਨ ਐਤਵਾਰ ਨੂੰ ਹੋਣ ਜਾ ਰਿਹਾ ਹੈ 7 ਜਨਵਰੀ ਨੂੰ ਤਾਂ ਆਪਣੀ ਤਿਆਰੀ ਥੋੜਾ ਤੇਜ਼ ਕਰ ਲਿਓ ਜੋ ਵੀ ਤੁਹਾਡੀ ਜਿੰਨੀ ਵੀ ਰਹਿੰਦੀ ਹੈ ਤਾਂ ਬਹੁਤ ਘੱਟ ਦੇਣ ਜਿਹੜੇ ਜਨਵਰੀ ਦੇ ਰਹਿ ਚੁੱਕੇ ਹੈ ਸੋ 7 ਤਰੀਕ ਨੂੰ ਤੁਹਾਡਾ ਪੇਪਰ ਹੀ ਹੋ ਜਾਏਗਾ 6 ਤਰੀਕ ਮੰਨੋ ਤਾਂ ਬਾਕੀ ਇਹਨਾਂ ਨੇ ਜਿਹੜੀ ਐਡਮਿਟ ਕਾਰਡ ਬਾਕੀ ਹੋਰ ਡਿਟੇਲ ਹੈ ਅਤੇ ਬਾਕੀ ਅਪਡੇਟਸ ਨੇ ਤਾਂ ਇਹਨਾਂ ਨੇ ਵੈੱਬਸਾਈਟ ਦਿੱਤੀ ਹੈ trwpw.bfuhs.ac.in ਬਾਕੀ ਦੇ ਸਬੰਧ ਵਿੱਚ ਅੱਗੇ ਜੋ ਅਪਡੇਟ ਆਏਗੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸੋ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਜੋ ਘੰਟੀ ਹੈ ਆਲ ਤੇ ਪ੍ਰੈਸ ਜਰੂਰ ਕਰ ਲਿਓ ਧੰਨਵਾਦ